ਸਤਿ ਸ਼੍ਰੀ ਅਕਾਲ, ਮੈਂ ਤੁਹਾਡੀ ਆਪਣੀ ਨੇਹਾ ਵੈਦ। ਜਿਨ੍ਹਾਂ ਲੇਡੀਜ਼ ਆ ਗਰਲਸ ਨੂੰ ਪੀਰੀਅਡ ਤੋਂ ਬਾਅਦ ਆਪਣੀ ਪ੍ਰਾਈਵੇਟ ਪਾਰਟ ਦੇ ਵਿੱਚ ਸਮੈਲ ਦੀ ਪ੍ਰੋਬਲਮ ਰਹਿੰਦੀ ਹੈ, ਉਹਨਾਂ ਨੂੰ ਲੱਗਦਾ ਕਿ ਸਮੈਲ ਹੈ ਜਾਂ ਇਚਿੰਗ ਹੈ, ਉਹਨਾਂ ਵਾਸਤੇ ਮੈਂ ਇੱਕ ਘਰੇਲੂ ਨੁਸਖਾ ਦੱਸ ਰਹੀ ਹਾਂ। ਉਹਨਾਂ ਨੇ 1.5 ਲੀਟਰ ਪਾਣੀ ਲੈਣਾ। 1.5 ਲੀਟਰ ਪਾਣੀ ਦੇ ਵਿੱਚ ਕਪੂਰ ਪਾਣੀ ਹੈ, ਇੱਕ ਕਪੂਰ ਪਾਣੀ ਹੈ ਜੀ, ਨਿੰਮ ਦੀ ਪੱਤੀਆਂ ਪਾਣੀ ਹੈ, ਐਲੋਵੇਰਾ ਜੈੱਲ ਪਾਉਣਾ ਹੈ ਅਤੇ ਰੋਜ਼ ਵਾਟਰ ਪਾਉਣਾ ਹੈ, ਇੱਕ ਗਲੀਸਰੀਨ ਪਾਣੀ ਹੈ। 5 ਚੀਜ਼ਾਂ ਉਹਨਾਂ ਨੇ ਐਡ ਕਰਨੀਆਂ, ਉਹਨੂੰ ਚੰਗੀ ਤਰ੍ਹਾਂ ਬੋਇਲਡ ਕਰਨਾ। ਜਦੋਂ ਹਾਫ ਰਹਿ ਜੇ ਤੁਹਾਡੇ ਕੋਲ ਪਾਣੀ, ਤਾਂ ਉਸਦਾ ਨਾ ਇੱਕ ਸਪਰੇ ਬੋਟਲ ਦੇ ਵਿੱਚ ਪਾ ਲਓ, ਉਹਨੂੰ ਫਰਿੱਜ ਕਰ ਲਓ, ਫਰਿੱਜ ਦੇ ਵਿੱਚ ਸਟੋਰ ਕਰਕੇ ਉਸਨੂੰ, ਉਸ ਤੋਂ ਬਾਅਦ ਉਸਨੂੰ 2 ਟਾਈਮ ਤੁਸੀਂ ਸਪਰੇ ਕਰਨੀ ਹੈ ਆਪਣੇ ਪਾਰਟ 'ਤੇ। 2 ਟਾਈਮ ਤੁਸੀਂ ਉਹਨੂੰ ਸਪਰੇ ਕਰਨਾ ਹੈਗਾ ਜੀ ਆਪਣੇ ਪ੍ਰਾਈਵੇਟ ਪਾਰਟ ਦੇ ਉੱਪਰ, ਤਾਂ ਕੁਝ ਹੀ ਦਿਨਾਂ ਦੇ ਵਿੱਚ ਤੁਹਾਨੂੰ ਇਸ ਦੀ ਸਮੈਲ ਤੋਂ ਰਾਹਤ ਮਿਲੇਗੀ। ਸੋ ਤੁਸੀਂ ਇਹ ਕਰਕੇ ਦੇਖੋ, ਤੁਹਾਨੂੰ 15-20 ਦਿਨਾਂ ਦੇ ਵਿੱਚ ਇਹਦਾ ਰਿਜ਼ਲਟ ਮਿਲੇਗਾ। ਸੋ ਧੰਨਵਾਦ।